ਇੱਕ ਨਾਮੀ ਕਲਾਕਾਰ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਨੇ। ਨਾਮ ਹਾਕਮ ਬਖਤੜੀ ਵਾਲਾ, ਜਿਸ ਦੇ ਵੱਲੋਂ ਕਿਹਾ ਗਿਆ ਕਿ ਲੋਕ ਸਭਾ ਚੋਣਾਂ ਤੋਂ ਐਨ ਮੌਕੇ ਪਹਿਲਾਂ ਉਹਨਾਂ ਨੇ ਵੱਡੀ ਕੁਰਬਾਨੀ ਦਿੱਤੀ ਹੈ। ਆਜ਼ਾਦ ਚੋਣ ਲੜਨ ਦੀ ਜਗ੍ਹਾ ਹੁਣ ਆਪਣੇ ਸਾਥੀ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਨੂੰ ਸਮਰਥਨ ਦੇਣਗੇ। ਤਾਂ ਦੱਸਦੇ ਹਾਂ ਕਿ ਹਾਕਮ ਬਖਤੜੀ ਵਾਲਾ, ਜਿਨ੍ਹਾਂ ਨੇ 14 ਤਰੀਕ ਨੂੰ ਆਪਣੀ ਪਤਨੀ ਬੀਬੀ ਦਲਜੀਤ ਕੌਰ ਅਤੇ ਸਮਰਥਕਾਂ ਦੇ ਨਾਲ ਨਾਮਜ਼ਦਗੀ ਪੱਤਰ ਭਰੇ ਸੀ ਹੌਟ ਸੀਟ ਸੰਗਰੂਰ ਤੋਂ, ਆਜ਼ਾਦ ਚੋਣ ਲੜਨੀ ਸੀ ਤਾਂ ਹੁਣ ਪਿੱਛੇ ਹਟੇ ਨੇ, ਆਪਣੇ ਨੋਮੀਨੇਸ਼ਨ ਵਾਪਸ ਲਏ ਨੇ। ਤਾਂ ਦੱਸਦੇ ਕਿ ਹਾਕਮ ਬਖਤੜੀ ਵਾਲਾ ਨੇ ਸਰਕਾਰਾਂ ਦੇ ਖਿਲਾਫ ਆਵਾਜ਼ ਉਠਾਉਣ ਦੀ ਗੱਲ ਕਹੀ ਸੀ। ਲੰਮੇ ਸਮੇਂ ਤੋਂ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਵਿਚਰਦੇ ਸੀ, ਪਰ ਹੁਣ ਇਹ ਕਹਿ ਰਹੇ ਨੇ ਕਿ ਮੈਂ ਕੁਰਬਾਨੀ ਦਿੱਤੀ ਹੈ ਪਿੱਛੇ ਹਟ ਕੇ। ਸੋ ਆਪਣੇ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਦਾ ਸਮਰਥਨ ਕਰਨਗੇ। ਇਹਨਾਂ ਦਾ ਨਾਮ ਹਾਕਮ ਬਖਤੜੀ ਵਾਲਾ, ਪੰਜਾਬੀ ਦੇ ਮਸ਼ਹੂਰ ਕਲਾਕਾਰ ਨੇ। ਦੱਸਿਆ ਜਾ ਰਿਹਾ ਕਿ CM ਭਗਵੰਤ ਮਾਨ ਨਾਲ ਵੀ ਇਹਨਾਂ ਦੀ ਨੇੜਤਾ ਹੈ। ਇਹਨਾਂ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਵਜੋਂ ਹੌਟ ਸੀਟ ਸੰਗਰੂਰ ਤੋਂ ਨੋਮੀਨੇਸ਼ਨ ਭਰੇ ਗਏ ਸੀ, ਪਰ ਹੁਣ ਵਾਪਸ ਲਏ ਗਏ ਨੇ, ਇਹ ਕਹਿ ਕੇ ਕਿ ਆਜ਼ਾਦ ਉਮੀਦਵਾਰ ਜਦੋਂ ਤੱਕ ਇੱਕ ਨਹੀਂ ਹੁੰਦੇ ਉਦੋਂ ਤੱਕ ਗੱਲ ਨਹੀਂ ਬਣੇਗੀ। ਅਸੀਂ ਲੋਕਾਂ ਨੂੰ ਕਹਿਣੇ ਆ ਕਿ ਇੱਕ ਹੋਵੋ, ਪਰ ਆਜ਼ਾਦ ਉਮੀਦਵਾਰ ਇੱਕ ਨਹੀਂ ਹੋਏ, ਇਸ ਕਰਕੇ ਉਹਨਾਂ ਨੇ ਨੋਮੀਨੇਸ਼ਨ ਵਾਪਸ ਲੈ ਕੇ ਬਲਵਿੰਦਰ ਸਿੰਘ ਸੇਖੋਂ, ਜੋ ਕਿ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਨੇ, ਉਹਨਾਂ ਦੇ ਹੱਕ ਵਿੱਚ ਨਿਤਰੇ ਨੇ। ਦੇਖੋ, ਆਪਣੀਆਂ ਪਹਿਲਾਂ ਵੀ ਜੇ ਇਸ ਵਿਸ਼ੇ 'ਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ। ਪੰਜਾਬ ਦੇ ਭਵਿੱਖ ਅਤੇ ਲੋਕਾਂ ਦੇ ਹਿੱਤਾਂ ਵਾਸਤੇ ਕੁਝ ਲੋਕਾਂ ਨੂੰ ਕੁਰਬਾਨੀਆਂ ਕਰਨੀਆਂ ਹੀ ਪੈਣਗੀਆਂ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਲਈ ਚਿੰਤਤ ਨੇ, ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਦੇ ਅਤੇ ਕਰਪਟ ਲੀਡਰਸ਼ਿਪ ਦੇ, ਗੰਧਲੀ ਹੋਈ ਰਾਜਨੀਤੀ ਦੇ ਖਿਲਾਫ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ, ਉਹ ਵੱਖੋ ਵੱਖ ਲੜਨਗੀਆਂ ਤਾਂ ਆਪਸ ਦੇ ਵਿੱਚ ਟਕਰਾ ਕੇ ਮੇਰੇ ਹਿਸਾਬ ਨਾਲ ਵੀ ਉਹ ਗੌਰਮੈਂਟ ਦਾ ਹੀ ਫਾਇਦਾ ਕਰਦੀਆਂ ਨੇ। ਮੁੜ ਕੁੜ ਕੇ ਉਹੀ ਲੀਡਰ ਫਿਰ ਜਿੱਤਣਗੇ ਜਦੋਂ 20-30 ਇਕੱਠੇ ਹੋ ਕੇ ਲੋਕ ਆਜ਼ਾਦ ਉਮੀਦਵਾਰ ਸੰਘਰਸ਼ ਕਰਨਗੇ, ਲੜਨਗੇ, ਵੋਟਾਂ ਵੰਡ ਹੋ ਜਾਣਗੀਆਂ। ਮੈਂ ਸਮਝਦਾ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ, ਇੱਕ ਵੱਡਾ ਚਿਹਰਾ ਪੰਜਾਬ ਦਾ ਹੋਣ ਦੇ ਨਾਤੇ, ਵੀ ਕਿਉਂ ਨਾ ਇਸ ਕੁਰਬਾਨੀ ਦਾ ਜਿਹੜਾ ਮੁੱਢਾ ਹੈ ਉਹ ਹਾਕਮ ਬਖਤੜੀ ਵਾਲਾ ਬੰਨੇ, ਇਹ ਸਿਹਰਾ ਮੇਰੇ 'ਤੇ ਵੱਜੇ। ਇਹਦੀ ਸ਼ੁਰੂਆਤ ਜਿਵੇਂ ਕੁਛ ਲੋਕ ਅਸੀਂ ਪਿਛਲੇ ਬਹੁਤ ਚਿਰ ਤੋਂ ਲੱਗੇ ਹੋਏ ਹਾਂ, ਇੱਕ ਸੋਚ ਵਾਲੇ, ਇੱਕ ਮਿਸ਼ਨ ਵਾਲੇ, ਇੱਕ ਸਮਝ ਵਾਲੇ ਅਤੇ ਇੱਕੋ ਸੋਚ ਵਾਲੇ ਅਸੀਂ ਲੋਕ ਅਲੱਗ ਅਲੱਗ ਕਿਉਂ ਲੜੀਏ। ਮੈਂ ਇਸ ਕਰਕੇ ਇਹ ਕਦਮ ਚੁੱਕਿਆ ਕਿ ਬਾਕੀ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਲੜਨਗੇ, ਉਹਨਾਂ ਨੂੰ ਸੁਨੇਹਾ ਦੇਣ ਵਾਸਤੇ ਕਿ ਜਦੋਂ ਤੱਕ ਅਸੀਂ ਆਪ ਹੀ ਇਕੱਠੇ ਨਹੀਂ, ਅਸੀਂ ਪਬਲਿਕ ਤੋਂ ਇਕੱਠ ਕਿਵੇਂ ਭਾਲਦੇ ਹਾਂ। ਅਸੀਂ ਪਬਲਿਕ ਨੂੰ ਤਾਂ ਕਹਿੰਦੇ ਵੀ ਇਕੱਠੇ ਹੋ ਜਾਓ, ਇਕੱਠੇ ਹੋ ਕੇ ਤੁਸੀਂ ਵੋਟਿੰਗ ਕਰੋ। ਅਸੀਂ ਆਪਸ ਦੇ ਵਿੱਚ ਜੇ ਇਕੱਠੇ ਨਹੀਂ ਹੋ ਸਕਦੇ ਤਾਂ ਅਸੀਂ ਲੋਕਾਂ ਤੋਂ ਕੀ ਆਸ ਕਰਾਂਗੇ। ਤੁਸੀਂ ਇਕੱਠੇ ਹੋ ਕੇ ਲੜਨ ਦੀ ਗੱਲ ਕਰੀਏ, ਪਰ ਨੋਮੀਨੇਸ਼ਨ ਵਾਪਸ ਸਿਰਫ ਤੁਸੀਂ ਲਈ, ਹੋਰ ਕਿਸੇ ਨੇ ਨਹੀਂ ਲਈ? ਮੈਂ ਜਿਹੜੀ ਗੱਲ ਤੁਹਾਨੂੰ ਕੀਤੀ ਹੈ ਵੀ ਕੁਰਬਾਨੀ ਤਾਂ ਕੁਰਬਾਨੀ ਦਾ ਕੋਈ ਤਾਂ ਬੰਦਾ ਮੁੱਢ ਬੰਨੂਗਾ। ਸਭ ਤੋਂ ਪਹਿਲਾਂ ਇਹ ਜਿਹੜਾ ਆਮ ਬੰਦੇ ਜੇ ਲੈਂਦੇ ਤਾਂ ਉਹਨਾਂ ਦਾ ਰਿਜ਼ਲਟ ਵੀ ਕੀ ਜਾਣਾ ਸੀ, ਕਿੰਨਾ ਕੁ ਉਹਦਾ ਸੁਨੇਹਾ ਜਾਣਾ ਸੀ। ਮੈਨੂੰ ਪੰਜਾਬ ਦੀ ਪ੍ਰੈਸ ਨੇ ਹਮੇਸ਼ਾ ਸਿਰ ਮੱਥੇ 'ਤੇ ਰੱਖਿਆ, ਸਿਰੱਖਾਂ 'ਤੇ ਬਿਠਾਇਆ, ਹਰ ਖੇਤਰ 'ਚ, ਹਰ ਟਾਈਮ 'ਚ। ਅਤੇ ਮੇਰੇ ਵਰਗੇ ਬੰਦੇ ਨੂੰ, ਇੱਕ ਨੌਨ ਆਦਮੀ ਨੂੰ ਇਹ ਕਦਮ ਚੱਕਣਾ ਮੈਂ ਬਿਹਤਰ ਸਮਝਿਆ ਕਿ ਮੈਂ, ਮੇਰਾ ਸੁਨੇਹਾ ਜਿਹੜਾ ਵੱਡਾ ਜਾਊਗਾ ਦੁਨੀਆ ਭਰ 'ਚ।
ਅਤੇ ਕੁਝ ਲੋਕ ਹੈ ਜਿਹੜੇ ਉਹ ਸਮਝਣਗੇ ਵੀ ਅਸੀਂ ਨਿਰਸਵਾਰਥੀ ਲੋਕ ਹੈ, ਅਸੀਂ ਕਿਸੇ ਸਵਾਰਥ ਹਿੱਤ ਰਾਜਨੀਤੀ 'ਚ ਨਹੀਂ ਆਏ, ਅਸੀਂ ਸਿਰਫ ਸੇਵਾ ਵਾਸਤੇ ਔਰ ਸੱਚਮੁੱਚੇ ਵਿਗੜੇ ਹੋਏ ਨਜਾਬ ਨੂੰ ਬਦਲਣ ਵਾਲੇ ਲੋਕ ਹੈ। ਅਸੀਂ ਇਸ ਪ੍ਰਤੀ ਸੁਹਿਰਦ ਹੈ, ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਣਦੇ ਹਾਂ, ਸਮਝਦੇ ਹਾਂ ਔਰ ਇਹ 4 ਤਰੀਕ ਤੋਂ ਬਾਅਦ ਅਸੀਂ ਲੋਕਾਂ ਦੀ ਜੰਗ ਤਾਂ ਇਹ 4 ਤਰੀਕ ਨੂੰ ਖਤਮ ਹੋ ਜੂਗੀ, ਅਸੀਂ ਸ਼ੁਰੂ ਕਰਨ ਵਾਲੇ ਹਾਂ। 4 ਤਰੀਕ ਨੂੰ ਤੁਹਾਡੇ ਪ੍ਰੈਸ ਦੇ ਚਰਨਾਂ ਦੇ ਵਿੱਚ, 4 ਤੋਂ ਬਾਅਦ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਲੈ ਕੇ ਉਲੀਕ ਰਹੇ ਹਾਂ ਪੰਜਾਬ ਪੱਧਰ ਦਾ। ਸੰਗਰੂਰ ਲੋਕ ਸਭਾ ਸੀਟ ਤੋਂ ਕਿੰਨੇ ਉਮੀਦਵਾਰ ਜਿਹੜੇ ਹੈਗੇ ਆ ਤੁਸੀਂ ਇਕੱਠੇ ਹੋ ਕੇ ਲੜਾਈ ਲੜ ਰਹੇ ਹੋ? ਅਸੀਂ ਇਕੱਲੇ ਸੰਗਰੂਰ ਤੋਂ 5-7 ਹੈਗੇ ਹਾਂ ਜੀ। ਕੌਣ ਕੌਣ ਨੇ, ਕੀ ਕੀ ਨਾਮ ਨੇ ਜੀ? ਇਹ ਕਾਲੜਾ ਜੀ ਨੇ, ਸੇਖੋਂ ਹੈ, ਹਾਕਮ ਬਖਤੜੀ ਵਾਲਾ, ਠੀਕ ਹੈ, ਉਹ ਕੁੜੀ ਦੇ ਪੇਪਰ ਰੱਦ ਹੋ ਗਏ, ਸਾਡੀ ਸਿੱਪੀ ਸ਼ਰਮਾ ਵਗੈਰਾ ਵਗੈਰਾ ਕਾਫੀ। ਤੁਹਾਨੂੰ ਕੀ ਲੱਗਦਾ ਕਿ ਮਤਲਬ ਸਾਹਿਬ ਕੀ ਜਿਵੇਂ ਤੁਸੀਂ ਕਿਹਾ ਕਿ ਕਿਸੇ ਨੂੰ ਅੱਗੇ ਆਉਣਾ ਹੋ, ਤੁਸੀਂ ਅੱਗੇ ਆਏ ਹੋ ਜੀ, ਕੀ ਫਿਰ ਇਹ ਨੋਮੀਨੇਸ਼ਨ ਵੀ ਨਾ ਭਰਦੇ ਤੁਸੀਂ ਪਹਿਲਾਂ ਹੀ, ਮਤਲਬ ਕਿ ਇਹ ਸੁਨੇਹਾ ਦੇ ਦਿੰਦੇ ਕਿ ਅਸੀਂ ਮੈਂ ਕਾਗਜ਼ ਨਹੀਂ ਭਰ ਰਿਹਾ ਤਾਂ ਅਚਾਨਕ ਕਾਗਜ਼ ਵਾਪਸੀ ਦੇ ਉੱਪਰ ਕਈ ਸਵਾਲ ਖੜੇ ਹੁੰਦੇ? ਕੁਝ ਇਹ ਸੀਗਾ, ਸਵਾਲਾਂ ਦਾ ਜਵਾਬ ਇਹ ਹੈ ਵੀ ਜਿਹੜਾ ਬਲਵਿੰਦਰ ਸੇਖੋਂ ਹੈ, ਸਾਨੂੰ ਸ਼ੱਕ ਸੀਗਾ ਵੀ ਸਰਕਾਰ ਸ਼ਾਇਦ ਉਹਨਾਂ ਦੇ ਕਾਗਜ਼ ਹੈ ਜਿਹੜੇ ਉਹ ਰੱਦ ਕਰਨ ਦੀ ਕੋਸ਼ਿਸ਼ ਕਰੇ। ਇਸ ਗੱਲ ਕਰਕੇ ਫਿਰ ਸਭ ਤੋਂ ਵੱਡਾ ਚਿਹਰਾ ਉਸ ਟੀਮ ਦਾ ਮੈਂ ਸੀਗਾ, ਫਿਰ ਲੀਡ ਮੈਂ ਹੀ ਕਰਨੀ ਸੀ, ਇਸ ਕਰਕੇ ਮੈਨੂੰ ਕਾਗਜ਼ ਦਾਖਲ ਕਰਨੇ ਪਏ, ਇਸੇ ਕਰਕੇ ਚੱਕਣ ਦਾ ਵੀ ਰੀਜ਼ਨ ਇਹੀ ਹੋਇਆ। ਬਿਲਕੁਲ, ਹਾਂ, ਫਿਰ ਉਹ ਤਾਂ ਮੈਂ ਲੀਡ ਕਰਦਾ ਹੀ ਕਰਦਾ ਸੀਗਾ, ਸਾਡੀ ਟੀਮ ਦਾ ਫੈਸਲਾ ਸੀਗਾ। ਨਹੀਂ, ਲੋਕ ਬੜੇ ਚੰਗੇ ਹੈ, ਅਸੀਂ ਬਦਲੇ ਨਹੀਂ, ਮੈਨੂੰ ਤੁਸੀਂ ਬਦਲਿਆ ਕਿਵੇਂ ਕਹਿ ਸਕਦੇ ਹੋ? ਜੇ ਤਾਂ ਮੈਂ ਕਿਸੇ ਵੱਡੀ ਪਾਰਟੀ ਤੋਂ, ਫਰਜ਼ ਕਰੋ ਵੱਡੀਆਂ ਵੱਡੀਆਂ ਆਫਰਾਂ ਸੀ, ਕਿਸੇ ਵੱਡੀ ਪਾਰਟੀ ਤੋਂ ਪੈਸੇ ਲੈ ਕੇ ਬੈਠ ਜਾਂਦਾ, ਫਿਰ ਮੇਰੇ 'ਤੇ ਪਬਲਿਕ ਬਲੇਮ ਲਾਉਂਦੀ ਜਾਂ ਪ੍ਰੈਸ ਮੈਨੂੰ ਇਸ ਗੱਲ ਨੂੰ ਕਰਦੀ। ਮੈਂ ਤਾਂ ਇੱਕ ਸੇਵਾ ਦੇ ਤੌਰ 'ਤੇ ਉਤਰਿਆ ਸੀਗਾ, ਸੇਵਾ ਦੀ ਭਾਵਨਾ ਨਾਲ ਸਾਡੀ ਟੀਮ ਉਤਰੀ ਹੋਈ ਹੈ। ਮੈਂ ਉਹ ਬੰਦੇ ਲਈ ਕਾਗਜ਼ ਚੱਕਦਾ, ਉਸ ਬੰਦੇ ਲਈ ਮੈਂ ਸਪੋਰਟ ਕਰਦਾ, ਉਹਦੇ ਲਈ ਅਲਾਇੰਸ ਕਰਦਾ ਜਿਹੜਾ ਖੁਦ ਨੈੱਟ ਦੇ ਉੱਤੇ, ਜਿਹਨੇ ਉਹ ਗਰੀਬੜੇ ਪਰਿਵਾਰ ਦਾ ਬੱਚਾ ਹੈ ਵੀ ਉਹਨੇ ਆਪਣਾ ਅਕਾਊਂਟ ਨੰਬਰ ਪਾਇਆ ਹੈ ਵੀ ਮੈਨੂੰ 5-10 ਰੁਪਏ ਹੈਲਪ ਕਰੋ, ਜੇ ਉਸ ਬੰਦੇ ਦੀ ਮੈਂ ਹੈਲਪ ਕਰਦਾ ਤਾਂ ਮੈਂ ਇਸ ਗੱਲ 'ਚ ਗਲਤ ਕਿੱਥੇ ਹਾਂ? ਇਹ ਤੁਹਾਡੀ ਮਿਹਰਬਾਨੀ ਹੈ, ਜ਼ਰਾ ਨਵਾਜ਼ੀ ਹੈ, ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਹੈ, ਪਰ ਅਭੀ ਇਸ਼ਕ ਕੇ ਇਮਤਿਹਾਂ ਬਹੁਤ ਹੈ, ਸਿਤਾਰਾ ਸੇ ਆਗੇ ਜਹਾਂ ਬਹੁਤ ਹੈ। ਇਹ ਜਿਹੜਾ ਸਰਕਲ ਹੈ, ਵੈਸੇ ਤਾਂ ਓਨਲੀ 45 ਡੇਜ਼ ਲੱਗਦੇ ਨੇ ਕਿਸੇ ਨਾ ਕਿਸੇ ਚੋਣ 'ਚ, ਸਰਕਾਰ ਦੁਨੀਆ ਨੂੰ ਉਲਝਾਈ ਰੱਖਦੀ ਹੈ। ਵਿਧਾਨ ਸਭਾ ਦੀਆਂ ਚੋਣਾਂ ਵੀ ਕੋਈ ਬਹੁਤੀਆਂ ਦੂਰ ਨਹੀਂ ਹੈਗੀਆਂ, ਵੈਸੇ ਤਾਂ 3 ਸਾਲ ਦਾ 2.5 ਸਾਲ ਦਾ ਸਮਾਂ ਹੀ ਬਕਾਇਆ, ਪਰ ਕੁਝ ਲੋਕ, ਜੇ ਫਰਜ਼ ਕਰੋ ਸਰਕਾਰ ਨੇ ਕੁਝ ਮੰਤਰੀ ਅਤੇ MLA ਉਤਾਰੇ ਹੋਏ ਨੇ ਚੋਣ ਦੇ ਵਿੱਚ, ਉਹਨਾਂ ਦੀਆਂ ਸੀਟਾਂ ਖਾਲੀ ਹੋਣਗੀਆਂ, ਉਪਚੋਣਾਂ ਹੋਣਗੀਆਂ, ਹਾਕਮ ਬਖਤੜੀ ਵਾਲਾ ਸਭ ਤੋਂ ਵੱਡਾ ਲੀਡਰ, ਸਭ ਤੋਂ ਵੱਡੀ ਲੀਡ ਲੈ ਕੇ ਇਸ ਪਾਰਟੀ ਵੱਲੋਂ ਦਾ ਮੁਖੀ ਹੋਊਗਾ, ਉਹਦੇ ਵਿੱਚ ਅਸੀਂ 3 ਮਹੀਨਿਆਂ ਨੂੰ 4 ਮਹੀਨਿਆਂ ਨੂੰ ਫਿਰ ਚੋਣਾਂ 'ਚ ਉਤਰਨ ਵਾਲੇ। ਜਿਹੜਾ ਚੋਣਾਂ ਪ੍ਰਚਾਰ ਆ ਉਹਦੇ ਵਿੱਚ ਤੁਸੀਂ ਉਹਨਾਂ ਦਾ ਸਾਥ ਤੁਸੀਂ ਦਿਓਗੇ? ਬਿਲਕੁਲ, ਦੂਗਾ ਤਾਂ ਦੇਣੇ ਪੈਣੇ ਜੀ। ਜਿਵੇਂ ਹੁਣ ਤੱਕ ਤੁਸੀਂ ਜਿਵੇਂ ਗੱਲ ਕਰੀਏ ਆਜ਼ਾਦ ਉਮੀਦਵਾਰੀ ਲੜ ਰਹੇ ਹੋ ਤਾਂ ਖਰਚੇ ਸਾਰੇ ਤੁਹਾਡੇ ਹੋਏ ਨੇ, ਤੁਹਾਨੂੰ ਕੋਈ ਪਾਰਟੀ ਰਿਫੰਡ ਦੇਣ ਦਾ ਨਹੀਂ ਹੈਗੇ, ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਆਪਣੇ ਖਰਚੇ ਆਪ ਕਰੋਗੇ ਜਾਂ ਕੋਈ ਨਾ ਕੋਈ ਜਿਹੜਾ ਨੋਮੀਨੇਟ ਆ ਜਾਂ ਉਸੇ ਉਹੀ ਖਰਚਾ ਕਰੂਗਾ? ਨਹੀਂ, ਨੋਮੀਨੇਟ ਵਿਚਾਰੇ ਕੋਲ ਕਿੱਥੋਂ ਆਇਆ ਜੀ ਕੁਛ? ਅਸੀਂ ਸਾਰੇ ਜਿਵੇਂ ਆਪਾਂ ਆਪਣੇ ਤੌਰ 'ਤੇ ਸੰਘਰਸ਼ੀ ਲੋਕ ਹੈ, ਸੰਘਰਸ਼ ਨੂੰ ਤਾਂ ਅੱਗੇ ਵਧਾਉਣੇ ਪਊਗਾ, ਔਖੇ ਰਹੀਏ ਚਾਹੇ ਸੌਖੇ ਰਹੀਏ, ਹੁਣ ਪੰਜਾਬ ਲਈ ਨਿਕਲੇ ਹਾਂ ਤਾਂ ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ।